ਪ੍ਰਾਈਮ ਏਸ਼ੀਆ ਟੀਵੀ ਦੇ ਪ੍ਰਾਈਮ ਜ਼ਿੰਦਗੀ ਪ੍ਰੋਗਰਾਮ ਵਿੱਚ ਤੁਹਾਡੇ ਸਭਨਾਂ ਦਾ ਮੇਰੇ ਵੱਲੋਂ ਸੁਪਨ ਸੰਧੂ ਵੱਲੋਂ ਬਹੁਤ ਬਹੁਤ ਸਵਾਗਤ ਹੈ। ਨਾਜ਼ਰੀਨ, ਵੱਖ ਵੱਖ ਦੇਸ਼ਾਂ ਦੀਆਂ ਅਰਥਵਾਨ ਲੋਕ ਕਹਾਣੀਆਂ ਦੇ ਸਿਲਸਿਲੇ ਵਿੱਚ ਅੱਜ ਅਸੀਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਅਰਬ ਦੀ ਇੱਕ ਲੋਕ ਕਥਾ ਸਾਂਝੀ ਕਰਨ ਲੱਗੇ ਹਾਂ ਅਤੇ ਕਥਾ ਕੁਝ ਇੰਝ ਸ਼ੁਰੂ ਹੁੰਦੀ ਹੈ ਜੀ। ਅਰਬ ਦੇਸ਼ ਵਿੱਚ ਇੱਕ ਖਲੀਫੇ ਦਾ ਸ਼ਾਸਨ ਸੀ। ਉਹਨਾਂ ਕੋਲ ਸੈਂਕੜੇ ਗੁਲਾਮ ਸਨ, ਪਰ ਖਲੀਫਾ ਇੱਕ ਗੁਲਾਮ 'ਤੇ ਬੜਾ ਮਿਹਰਬਾਨ ਸੀ। ਉਹ ਹਮੇਸ਼ਾ ਉਸਨੂੰ ਆਪਣੇ ਨਾਲ ਰੱਖਦਾ ਅਤੇ ਦੂਜੇ ਗੁਲਾਮਾਂ ਦੇ ਨਾਲੋਂ ਵਧੇਰੇ ਜ਼ਿੰਮੇਵਾਰੀਆਂ ਸੌਂਪਦਾ ਸੀ ਔਰ ਇਹ ਵੇਖ ਕੇ ਬਾਕੀ ਗੁਲਾਮ ਉਸ ਦੇ ਨਾਲ ਈਰਖਾ ਕਰਦੇ ਸੀ ਔਰ ਹੌਲੀ ਹੌਲੀ ਇਹ ਗੱਲ ਖਲੀਫੇ ਦੇ ਕੰਨਾਂ ਤੱਕ ਵੀ ਪੁੱਜੀ। ਖਲੀਫਾ ਸੋਚਣ ਲੱਗਾ ਕਿ ਇਹ ਸਭ ਬੇਵਕੂਫ ਨੇ, ਇਹ ਨਹੀਂ ਜਾਣਦੇ ਕਿ ਇਹ ਗੁਲਾਮ ਕਿੰਨਾ ਬੁੱਧੀਮਾਨ ਹੈ। ਉਹ ਗੁਲਾਮ ਬਣਦੇ ਨਹੀਂ ਸਗੋਂ ਸਹਾਇਕ ਬਣਦੇ ਕਾਬਲ ਹੈ ਅਤੇ ਮੈਨੂੰ ਇਹਨਾਂ ਸਾਰੇ ਗੁਲਾਮਾਂ ਨੂੰ ਸਮਝਾਉਣਾ ਪਵੇਗਾ ਕਿ ਇਸ ਵਿੱਚ ਅਤੇ ਉਹਨਾਂ ਵਿੱਚ ਕੀ ਅੰਤਰ ਹੈ। ਅਤੇ ਇਹੀ ਸੋਚ ਕੇ ਇੱਕ ਦਿਨ ਖਲੀਫੇ ਨੇ ਆਪਣੇ ਖਾਸ ਗੁਲਾਮ ਨੂੰ ਛੱਡ ਕੇ ਬਾਕੀ ਸਾਰੇ ਗੁਲਾਮਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਤੁਸੀਂ, ਇਸ ਗੱਲੋਂ ਮੈਨੂੰ ਪਤਾ ਲੱਗਾ ਕਿ ਬੜੇ ਪਰੇਸ਼ਾਨ ਹੋ ਕੇ ਮੈਂ ਇਸ ਨੂੰ ਖਾਸ ਤਵੱਜੋ ਦਿੰਦਾ ਅਤੇ ਇਸ 'ਤੇ ਖਾਸ ਮਿਹਰਬਾਨ ਆ, ਮੈਨੂੰ ਦੱਸੋ ਕੀ ਇਹ ਸੱਚ ਹੈ। ਲਓ ਜੀ, ਖਲੀਫੇ ਦੇ ਮੂੰਹ ਇਹ ਗੱਲ ਸੁਣ ਕੇ ਸਾਰੇ ਗੁਲਾਮਾਂ ਨੂੰ ਜਿਵੇਂ ਸੱਪ ਹੀ ਸੁੰਘ ਗਿਆ ਹੋਵੇ। ਕਿਸ ਦੀ ਮਜਾਲ ਸੀ ਕਿ ਖਲੀਫੇ ਦੇ ਸਾਹਮਣੇ ਆਪਣੀ ਜ਼ੁਬਾਨ ਖੋਲ੍ਹੇ। ਸਾਰੇ ਗੁਲਾਮ ਸਿਰ ਝੁਕਾਈ ਖੜ੍ਹੇ ਰਹੇ। ਇਹ ਸੋਚ ਕੇ ਸਭ ਦੇ ਦਿਲਾਂ ਦੀਆਂ ਧੜਕਣਾਂ ਵੱਧ ਗਈਆਂ ਕਿ ਕਿਤੇ ਖਲੀਫਾ ਇਸ ਅਪਰਾਧ ਦੀ ਕੋਈ ਉਹਨਾਂ ਨੂੰ ਸਖ਼ਤ ਸਜ਼ਾ ਹੀ ਨਾ ਸੁਣਾ ਦੇਵੇ। ਉਹਨਾਂ ਨੂੰ ਚੁੱਪ ਖਾਮੋਸ਼ ਵੇਖ ਕੇ ਖਲੀਫੇ ਨੇ ਕੁਝ ਰੁੱਕ ਕੇ ਕਿਹਾ, ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਦਾ ਅਤੇ ਜੇਕਰ ਤੁਸੀਂ ਉਸਦਾ ਜਵਾਬ ਮੇਰੇ ਮਨ ਮੁਤਾਬਕ ਦਿੱਤਾ ਤਾਂ ਮੈਂ ਤੁਹਾਨੂੰ ਇਸ ਗੁਲਾਮੀ ਤੋਂ ਆਜ਼ਾਦ ਕਰ ਦਿਆਂਗਾ। ਅਤੇ ਲਓ ਜੀ, ਗੱਲ ਸੁਣ ਕੇ ਸਾਰੇ ਗੁਲਾਮਾਂ ਦੀ ਜਾਨ 'ਤੇ ਬਣਾਈ। ਖਲੀਫੇ ਨੇ ਪੁੱਛਿਆ ਕਿ ਦੱਸੋ, ਸਰੀਰ ਦਾ ਸਭ ਤੋਂ ਬਿਹਤਰ ਅਤੇ ਸਭ ਤੋਂ ਬਦਤਰ ਅੰਗ ਕਿਹੜਾ ਹੈ? ਇਹ ਹੱਥ ਜੋ ਤੁਹਾਡੀ ਸੇਵਾ ਕਰਦੇ ਨੇ। ਸਾਰੇ ਗੁਲਾਮਾਂ ਨੇ ਇੱਕੋ ਆਵਾਜ਼ ਵਿੱਚ ਕਿਹਾ, ਸਾਡੇ ਹੱਥ ਸਾਰੇ ਸਰੀਰ ਦੇ ਸਭ ਤੋਂ ਬਿਹਤਰ ਅੰਗ ਨੇ। ਤਾਂ ਫਿਰ ਸਾਡੇ ਸਰੀਰ ਦਾ ਸਭ ਤੋਂ ਬਦਤਰ ਅੰਗ ਕਿਹੜਾ ਹੈ? ਲਓ ਜੀ, ਇਸ ਵਾਰ ਕੋਈ ਨਾ ਬੋਲਿਆ, ਸਰੀਰ ਦੇ ਤਾਂ ਸਾਰੇ ਅੰਗ ਬਿਹਤਰ ਹੁੰਦੇ ਨੇ, ਬਦਤਰ ਅੰਗ ਕਿਹੜਾ ਹੈ? ਇਸ ਦੇ ਜਵਾਬ 'ਚ ਸਾਰੇ ਗੁਲਾਮ ਸੋਚਾਂ ਵਿੱਚ ਪੈ ਗਏ। ਅਤੇ ਥੋੜ੍ਹੀ ਦੇਰ ਖਲੀਫੇ ਨੇ ਉਡੀਕ ਕੀਤੀ ਅਤੇ ਫਿਰ ਪੁੱਛਿਆ, ਲੱਗਦਾ ਹੈ ਕਿ ਇਸ ਸਵਾਲ ਦਾ ਤੁਹਾਡੇ ਕੋਲ ਕੋਈ ਜਵਾਬ ਨਹੀਂ ਹੈ। ਲਓ ਜੀ, ਸਾਰੇ ਗੁਲਾਮ ਚੁੱਪ ਖੜੋਤੇ ਰਹੇ, ਕੁਝ ਨਾ ਬੋਲੇ। ਖਲੀਫੇ ਨੇ ਹੁਕਮ ਦਿੱਤਾ ਕਿ ਉਹਨਾਂ ਦੇ ਚਹੇਤੇ ਗੁਲਾਮ ਨੂੰ ਪੇਸ਼ ਕੀਤਾ ਜਾਵੇ। ਲਓ ਜੀ, ਕੁਝ ਪਲਾਂ ਪਿੱਛੋਂ ਹੀ ਉਹਨਾਂ ਦਾ ਖਾਸ ਗੁਲਾਮ ਉਹਨਾਂ ਦੇ ਸਾਹਮਣੇ ਆਇਆ। ਖਲੀਫੇ ਨੇ ਪੁੱਛਿਆ ਕਿ ਮੈਂ ਸਭ ਤੋਂ ਇੱਕ ਸਵਾਲ ਪੁੱਛਿਆ ਸੀ ਅਤੇ ਇਹ ਸ਼ਰਤ ਰੱਖੀ ਸੀ ਕਿ ਜੋ ਵੀ ਮੇਰੇ ਸਵਾਲ ਦਾ ਮੇਰੇ ਮਨ ਮੁਤਾਬਕ ਸਹੀ ਜਵਾਬ ਦੇਵੇਗਾ ਉਸ ਨੂੰ ਗੁਲਾਮੀ ਤੋਂ ਆਜ਼ਾਦ ਕਰ ਦਿੱਤਾ ਜਾਏਗਾ, ਅਤੇ ਇਹਨਾਂ ਵਿੱਚੋਂ ਕੋਈ ਵੀ ਮੇਰੇ ਮਨ ਮੁਤਾਬਕ ਜਵਾਬ ਨਹੀਂ ਦੇ ਸਕਿਆ। ਅਤੇ ਹੁਣ ਉਹੀ ਸਵਾਲ ਮੈਂ ਤਿੱਥੋਂ ਪੁੱਛਦਾ ਕਿ ਦੱਸ ਕਿ ਸਰੀਰ ਦਾ ਸਭ ਤੋਂ ਬਿਹਤਰ ਅੰਗ ਕਿਹੜਾ ਹੈ? ਲਓ ਜੀ, ਉਸ ਗੁਲਾਮ ਨੇ ਨਿਮਰਤਾ ਦੇ ਨਾਲ ਕਿਹਾ, ਮੇਰੇ ਮਾਲਕ, ਉਹ ਅੰਗ ਹੈ ਆਦਮੀ ਦੀ ਜ਼ੁਬਾਨ। ਲਓ ਜੀ, ਹੁਣ ਖਲੀਫੇ ਨੇ ਉਹ ਸਵਾਲ ਉਹਨੂੰ ਵੀ ਪੁੱਛਿਆ ਅਤੇ ਹੁਣ ਇਹ ਵੀ ਦੱਸ ਕੇ ਸਰੀਰ ਦਾ ਸਭ ਤੋਂ ਬਦਤਰ ਅੰਗ ਕਿਹੜਾ ਹੈ? ਉਹਨੇ ਬੜੇ ਭਰੋਸੇ ਨਾਲ ਕਿਹਾ, ਉਹ ਵੀ ਜ਼ੁਬਾਨ ਹੀ ਹੈ ਮੇਰੇ ਮਾਲਿਕ। ਅਤੇ ਉਸਦਾ ਜਵਾਬ ਸੁਣ ਕੇ ਸਾਰੇ ਦਰਬਾਰੀ ਹੈਰਾਨ ਰਹਿ ਗਏ ਕਿ ਉਹ ਕੀ ਕਹਿ ਰਿਹਾ। ਖਲੀਫਾ ਤਾਂ ਉਸਨੂੰ ਬਹੁਤ ਬੁੱਧੀਮਾਨ, ਬੜਾ ਅਕਲਮੰਦ ਸਮਝਦਾ ਹੈ, ਉਹ ਤਾਂ ਜ਼ੁਬਾਨ ਨੂੰ ਹੀ ਬਿਹਤਰ ਅਤੇ ਜ਼ੁਬਾਨ ਨੂੰ ਹੀ ਬਦਤਰ ਅੰਗ ਕਹਿ ਰਿਹਾ। ਲੱਗਦਾ ਹੈ ਕਿ ਅੱਜ ਖਲੀਫਾ ਇਸ ਨੂੰ ਸਖ਼ਤ ਸਜ਼ਾ ਦੇਣਗੇ। ਲਓ ਜੀ, ਥੋੜ੍ਹੀ ਦੇਰ ਚੁੱਪ ਰਹਿਣ ਤੋਂ ਪਿੱਛੋਂ ਖਲੀਫੇ ਨੇ ਕਿਹਾ, ਗੁਲਾਮ, ਕੀ ਤੂੰ ਮੇਰੇ ਸਵਾਲ ਨੂੰ ਸਹੀ ਢੰਗ ਦੇ ਨਾਲ ਸੁਣਿਆ ਸੀ? ਲਓ ਜੀ, ਅੱਗੋਂ ਗੁਲਾਮ ਕਹਿੰਦਾ, ਜੀ ਮੇਰੇ ਮਾਲਿਕ, ਜੋ ਆਪਨੇ ਕਿਹਾ ਸੀ ਮੈਂ ਤਾਂ ਉਹੀ ਸੁਣਿਆ ਹਜ਼ੂਰ। ਖਲੀਫੇ ਨੇ ਇਸ ਜਵਾਬ ਪਿੱਛੇ ਲੁਕਿਆ ਸੱਚ ਜਾਣਨ ਲਈ ਸਵਾਲ ਕੀਤਾ ਕਿ ਕੀ ਤੂੰ ਇਸ ਰਹੱਸ ਦਾ ਖੁਲਾਸਾ ਕਰ ਸਕਦਾ ਹੈ ਕਿ ਕਿਸ ਤਰ੍ਹਾਂ ਜ਼ੁਬਾਨ ਹੀ ਇਨਸਾਨ ਦੇ ਸਰੀਰ ਦਾ ਸਭ ਤੋਂ ਬਿਹਤਰ ਅਤੇ ਜ਼ੁਬਾਨ ਹੀ ਸਾਡੇ ਸਰੀਰ ਦਾ ਸਭ ਤੋਂ ਬਦਤਰ ਅੰਗ ਹੈ? ਲਓ ਜੀ, ਸਾਰੇ ਗੁਲਾਮ ਸੋਚ ਰਹੇ ਸੀ ਕਿ ਹੁਣ ਇਹ ਫਸਿਆ ਹੀ ਸਮਝੋ, ਇਹ ਕਿਵੇਂ ਹੋ ਸਕਦਾ ਹੈ ਕਿ ਇੱਕੋ ਹੀ ਅੰਗ ਸਭ ਤੋਂ ਚੰਗਾ ਹੋਵੇ ਅਤੇ ਉਹੀ ਅੰਗ ਸਭ ਤੋਂ ਬਦਤਰ ਅਤੇ ਭੈੜਾ ਅੰਗ ਹੋਵੇ। ਉਹ ਅੰਦਰੋਂ ਅੰਦਰ ਖੁਸ਼ ਹੋ ਰਹੇ ਸੀ
कि अज ये बचन नहीं लगा, पर गुलाम ने पूरे आत्म विश्वास के नाल कहा, अली जहां जा पना मेरे मालिक, इस जुबान में शरीर का सब तो बेहतर अंग इसलिए क्या क्योंकि यही जुबान जेकर मिठा बोले तो हजारां लखां दा इनाम दवा दिंदी है। यही जुबान किसी गैर नूं भी अपना बना लैंदी है। यही जुबान किसी दे भी दिल विच अपने लिए थां बना दिंदी है। ते जेकर यही जुबान चाहे तो किसी भी दुश्मन नूं दोस्त भी बना सकती है। इसलिए मैं कहा है कि इंसान के शरीर का यह सब तो बेहतर चंगा अंग है। इंसान भावें शक्ल सूरत तो खूबसूरत ना हो पर जेकर जुबान खूबसूरत है भाव उसकी जुबान दे विच मिठास है तो उही इंसान दुनिया का सब तो खूबसूरत इंसान मनिया जाता है। इसलिए मेरे मालिक मैं इसनों अपने शरीर का सब तो बेहतरीन अंग क्या है, पर जे इसी जुबान को गलत ढंग दे नाल वरतो तो यह तुहाडे दोस्तों भी अपना दुश्मन बना सकती है, आपस में लड़ा सकती, वड्डियां वड्डियां जंगा करवा सकती है, तुहाडा ते अगले का सुख चैन खो लैंदी है। तो जी ये सब सुन के खलीफा बहुत खुश होया, जबकि दूजे सारे गुलाम शर्मिंदगी विच तौणा नीवियां करी खड़ोते सी। खलीफे ने उन्हां सभना नूं सुन के कहा, वेख्या तुसीं ये गुलाम तो किन्ना वखरा सोचदे हो ते गुलाम तुहाडे तो किन्ना वखरा ते सियाणा है, इसे करके ही ये मेरे भरोसे का पात्र है। नाजरीन लाओ एक होर बहुत अर्थवान कथा मैं तुहाडे नाल सांझी करदा। कहिंदे ने कि एक बार एक बादशाह अपने घोड़िया के काफले विच आप भी घोड़े ते सवार होके एक पिंड विचों दी गुजर रहा सी कि एक कच्ची फिरनी ते कुछ गुजरियां जिन्हां विच एक बजुर्ग औरत ते बाकी सोहणियां जवान मुटियारा सन सिर ते दुध दही दे मटके चुकी जा रही सी। घोड़ियां दी दगड़ दगड़ पौड़ां दा शोर ते तेज़ हवा नाल उन्हां सारियां दे सिरां तों दुध दही नाल भरे कच्ची मिट्टी दे मटके थले जा पए। लो जी मटके टुट गए, मटकियां दीयां ठीकरियां बन गईयां ते दुध दही मिट्टी विच रल गए। मुटियारा थावें बैठ के रोण लग पईयां। राजा अपने घोड़े तों उतरिया, मुटियारा दे सिर ते हथ रखिया, खिमा मंगी, माफ़ी मंगी ते उन्हां नूं चांदी दीयां मोहरां भी दित्तियां। लो जी जदों राजे का ध्यान बजुर्ग गुजरी वल गया तो उसने वेख्या कि वह इकली हस रही है। राजे ने उहदे वल मोहरां नाल भरी मुठ कीती तो होर उच्ची देनी हस के बोली, की होया जे चार सिर दुध डुल गया है, मैं तेरे पैसे नहीं लवेंगी, ये कड़ा कोई वड्डा नुकसान है। राजे ने सवाल किया, पर बीबी तू मैनू यह दस, तू कल्ली क्यों हसी जा रही है? लो जी उस बजुर्ग औरत ने बहुत ठरमे नाल जवाब दिता, खास गल्लां आम लोगों नूं नहीं दसी दियां। अजीब गल सी, ओह बुढ़ी बजुर्ग औरत बादशाह नूं कह रही सी कि खास गल्लां आम लोगों नूं नहीं दसियां। दुनियावी नज़रां विच बादशाह नालों खास होर कौन हो सकता है दोस्तों? बादशाह ने भी उन्हूं इहो कहा कि बीबी मैं आम नहीं, मैं तां बादशाह। लो जी पर बुढ़ी ना ही डरी ना ही घबराई, पहलां वाले भरोसे नाल ही कहन लगी, मेरिया नज़रां विच तू खास नहीं। लो जी बादशाह ने होर जानने लई सवाल किया, चल मन लैने कि तेरी नज़र विच मैं खास बंदा नहीं, पर यह तो दस कि तू हस क्यों रही है? बुढ़ी ने कहा, तू ये जान के की लैना है, छड इस गल नूं ते अपने सफर ते अगे तुरदा जा। पर इंसान की जग्यासा तो हुंदी है जी, बादशाह की जग्यासा होर भी वध गई। उन्हें कहा, नहीं माई इहदा तैनूं दसना ही पऊ, मिन्नत वाली गल है, मैं बादशाह होकर तेथों मिन्नत करदा, मैनूं दस। बजुर्ग बोली, जरूरी पुछना है? बादशाह बोला, हाँ माई जरूरी पुछना है, दस। तो उस बजुर्ग औरत ने कहा कि तो फिर आम बंदे आ, सुन जे तू जेदी करदा है, मैं तो सुनना ही चाहता कि मैं क्यों हसी अपने मटके टुटण ती, तो सुन सुन के जिस रियासत विच मैं जवान हुई उस रियासत का बादशाह बड़ा कमीना सी, हर नव्याई नूं मुकलावे वाली रात उस राजे दे कोल कटनी पैंदी सी, पर मेरे पति ने साडे व्याह दी भिणख ही उस बादशाह नूं पैण नहीं दित्ती ते साडे घर एक पुत्र पैदा होया ते फिर मेरा पति मैनूं छड के बाहर लाम नूं कमाइयां करन चला गया। ते पिछों की हुंदा है? पिछों उस कमीने बादशाह तक मेरे हुसन दी खबर पुज गई ते उहदे
ਸਿਪਾਹੀ ਮੈਨੂੰ ਜਬਰੀ ਚੁੱਕ ਕੇ ਉਹਦੇ ਕੋਲ ਲੈ ਗਏ ਅਤੇ ਮੈਂ ਇੱਕ ਸਧਾਰਨ ਔਰਤ ਉਸ ਬਾਦਸ਼ਾਹ ਦੀ ਰਖੇਲ ਬਣ ਕੇ ਰਹਿ ਗਈ। ਅਤੇ ਫਿਰ ਕਈ ਵਰ੍ਹੇ ਬੀਤ ਗਏ। ਮੇਰਾ ਪਤੀ ਕਈ ਵਰ੍ਹਿਆਂ ਮਗਰੋਂ ਜਦ ਕਮਾਈਆਂ ਕਰਕੇ ਮੁੜਿਆ ਤਾਂ ਉਹਨੂੰ ਪਤਾ ਲੱਗਾ ਕਿ ਉਹਦਾ ਤਾਂ ਘਰ ਉੱਜੜ ਗਿਆ ਹੈ। ਕਿਸੇ ਤਰ੍ਹਾਂ ਉਸਨੇ ਮੇਰੇ ਨਾਲ ਰਾਬਤਾ ਕਾਇਮ ਕੀਤਾ ਅਤੇ ਮੈਨੂੰ ਪੁੱਛਿਆ ਕਿ ਜੇ ਤਾਂ ਤੂੰ ਆਪਣੀ ਮਰਜ਼ੀ ਨਾਲ ਆਈ ਤਾਂ ਫਿਰ ਤਾਂ ਠੀਕ ਹੈ, ਪਰ ਜੇ ਬਾਦਸ਼ਾਹ ਤੈਨੂੰ ਜ਼ਬਰੀ ਚੁੱਕ ਕੇ ਇੱਥੇ ਲਿਆਇਆ ਤਾਂ ਦੱਸ ਮੈਂ ਕੋਈ ਹੀਲਾ ਕਰਾਂ। ਮੈਂ ਕਿਹਾ, ਓਏ ਰੱਬ ਦਿਆ ਬੰਦਿਆ, ਰੱਬ ਵਾਸਤੇ ਮੈਨੂੰ ਇਹਦੇ ਕੋਲ ਲੈ ਚੱਲ, ਮੈਂ ਤੇਰੀ ਹਾਂ। ਇਹਨੇ ਤਾਂ ਮੈਨੂੰ ਜ਼ਬਰਦਸਤੀ ਰਖੇਲ ਬਣਾ ਕੇ ਰੱਖਿਆ ਹੈ, ਮੈਂ ਇੱਥੇ ਇੱਕ ਦਿਨ ਹੋਰ ਨਹੀਂ ਰਹਿਣਾ ਚਾਹੁੰਦੀ। ਅਤੇ ਫਿਰ ਮੈਂ ਉਹਨੂੰ ਦੱਸਿਆ ਕਿ ਬਾਦਸ਼ਾਹ ਹਰ ਮੰਗਲਵਾਰ ਦੀ ਰਾਤ ਇੱਕ ਪਹਾੜੀ ਜੰਗਲ ਦੇ ਉੱਤੇ ਕਿਸੇ ਇਕਾਂਤ ਥਾਂ ਦੇ ਉੱਤੇ ਹੁੰਦਾ ਹੈ ਅਤੇ ਮੈਂ ਉਹਦੇ ਨਾਲ ਹੁੰਦੀ ਹਾਂ, ਅਤੇ ਸਾਰਾ ਪਤਾ ਟਿਕਾਣਾ ਮੈਂ ਉਹਨੂੰ ਦੱਸ ਦਿੱਤਾ। ਮੇਰਾ ਪਤੀ ਇੱਕ ਰਾਤ ਪਹਿਲਾਂ ਹੀ ਆ ਕੇ ਉਸ ਥਾਂ 'ਤੇ ਲੁੱਕ ਗਿਆ। ਅੱਧੀ ਰਾਤ ਜਦੋਂ ਬਾਦਸ਼ਾਹ ਕੂਕ ਸੁੱਤਾ ਪਿਆ ਸੀ, ਸਾਰੇ ਪਹਿਰੇਦਾਰ ਵੀ ਸੌਂ ਗਏ ਅਤੇ ਮੇਰਾ ਪਤੀ ਹੌਲੀ ਦਿਨੀ ਆਇਆ ਤਾਂ ਉਸਨੇ ਤੇਜ਼ਦਾਰ ਹਥਿਆਰ ਨਾਲ ਬਾਦਸ਼ਾਹ ਦੀ ਧੌਣ ਧੜ ਤੋਂ ਅਲੱਗ ਕਰ ਦਿੱਤੀ। ਸਾਨੂੰ ਪਤਾ ਸੀ ਕਿ ਬਾਦਸ਼ਾਹ ਨੂੰ ਮਾਰਨ ਦਾ ਹਰਜਾਨਾ ਫਿਰ ਕੀ ਹੋਵੇਗਾ। ਅਸੀਂ ਰਾਤ ਦੇ ਘੁੱਪ ਹਨੇਰੇ ਵਿੱਚ ਜੰਗਲ ਦੀ ਘੁੰਮਣ ਘੇਰੀ ਵਿੱਚ ਫਸ ਗਏ ਅਤੇ ਅਗਲੀ ਆਫਤ ਇਹ ਪਈ ਕਿ ਇੱਕ ਨਾਗ ਜੋ ਫਨ ਫੈਲਾ ਕੇ ਫੁੰਕਾਰੇ ਮਾਰ ਰਿਹਾ ਸੀ, ਉਹਨੇ ਸਾਡਾ ਰਾਹ ਘੇਰ ਲਿਆ। ਮੇਰੇ ਪਤੀ ਨੇ ਕਿਹਾ, ਤੂੰ ਅੱਗੇ ਨਿਕਲ, ਇਹਨੂੰ ਮੈਂ ਵੇਖਦਾ ਹਾਂ। ਅਤੇ ਮੇਰੀਆਂ ਅੱਖਾਂ ਸਾਹਮਣੇ ਨਾਗ ਨੇ ਉਸਨੂੰ ਇੱਕ ਵਾਰ ਨਹੀਂ ਸਗੋਂ ਵਾਰ ਵਾਰ ਡੱਸਿਆ ਅਤੇ ਉਹ ਥਾਂ ਮਰ ਗਿਆ। ਮੇਰੇ ਪਤੀ ਨੇ ਅੱਖਾਂ ਮੀਚ ਲਈਆਂ। ਹੁਣ ਉਹ ਜੰਗਲ ਵਿੱਚ ਬਿਲਕੁਲ ਇਕੱਲੀ ਰਹਿ ਗਈ। ਇਸ ਤੋਂ ਅਗਲੀ ਕਹਾਣੀ ਉਸ ਔਰਤ ਨੇ ਅੱਗੇ ਸੁਣਾਉਂਦਿਆਂ ਕਿਹਾ, ਇਕੱਲੀ ਜਿੰਦੜੀ, ਜੰਗਲ ਦਾ ਰਾਹ ਅਤੇ ਮਾਮਲੇ ਭਾਰੀ ਪੈਣੇ ਹੀ ਸੀ। ਦਿਨ ਚੜ੍ਹਿਆ ਤਾਂ ਡਾਕੂਆਂ ਨੇ ਮੈਨੂੰ ਘੇਰ ਲਿਆ ਅਤੇ ਮੇਰਾ ਹੁਸਨ ਵੇਖ ਕੇ ਉਹ ਹੋਸ਼ ਗਵਾ ਬੈਠੇ। ਇੱਕ ਆਖੇ ਮੈਂ ਤੈਨੂੰ ਲੈ ਕੇ ਜਾਵਾਂਗਾ ਅਤੇ ਦੂਜਾ ਲਾਗੋ ਕਵੇ ਕਿ ਤੂੰ ਏਡੀ ਸੋਹਣੀ ਏ, ਤੂੰ ਮੇਰੀ ਬਣੇਗੀ। ਤੀਜਾ ਕਹਿੰਦਾ, ਨਹੀਂ ਨਹੀਂ, ਇਹਨੂੰ ਮੈਂ ਆਪਣੀ ਬਣਾਵਾਂਗਾ। ਚੌਥਾ ਪੰਜਵਾਂ, ਲਓ ਜੀ ਸਾਰੇ ਦਾਅਵੇਦਾਰ ਬਣ ਬੈਠੇ ਮੇਰੇ। ਝਗੜਾ ਸੁਣ ਕੇ ਉਹਨਾਂ ਦਾ ਸਰਦਾਰ ਆਣ ਟਪਕਿਆ। ਉਹ ਜ਼ੋਰ ਨਾਲ ਆਪਣਾ ਹੁਕਮ ਸੁਣਾਉਂਦਿਆਂ ਕਿੱਲ ਕੇ ਬੋਲਿਆ, ਨਹੀਂ, ਇਸ ਪਰੀ ਨੂੰ ਕੋਈ ਨਹੀਂ ਲੈ ਕੇ ਜਾਵੇਗਾ। ਡਾਕੂਆਂ ਵਾਲਾ ਕੰਮ ਕਰਦੇ ਹਾਂ, ਇਹਦਾ ਮੁੱਲ ਵਟਾਂਗੇ। ਅਤੇ ਫਿਰ ਉਹਨਾਂ ਨੇ ਬੜੇ ਮਹਿੰਗੇ ਭਾਅ ਮੈਨੂੰ ਇੱਕ ਕੋਠੇ 'ਤੇ ਵੇਚ ਦਿੱਤਾ। ਮੈਂ ਇੱਕ ਵੇਸਵਾ ਬਣ ਗਈ ਅਤੇ ਫੁੱਲਾਂ ਤੋਂ ਮਲੂਕ ਜਿੰਦੜੀ ਹਵਸੀ ਮਰਦਾਂ ਨੇ ਨੋਚ ਨੋਚ ਕੇ ਖਾ ਲਈ। ਸਿਤਮ ਜ਼ਰੀਫੀ ਦੀ ਹੱਦ ਇੱਥੇ ਵੀ ਨਹੀਂ ਮੁੱਕੀ। ਇੱਕ ਰਾਤ ਜੋ ਗ੍ਰਾਹਕ ਬਣ ਕੇ ਆਪਣੀ ਹਵਸ ਮਿਟਾ ਕੇ ਗਿਆ, ਉਹਨੇ ਧਰਤੀ 'ਤੇ ਅਸਮਾਨ ਕੰਬਣ ਲਾ ਦਿੱਤੇ। ਦੱਸ, ਅਸਲ ਰਾਜਨ ਨੂੰ ਮੇਰਾ ਪੁੱਤਰ ਸੀ, ਜਿਸ ਨੂੰ ਮੈਂ 4 ਵਰ੍ਹਿਆਂ ਦੀ ਨੂੰ ਇਕੱਲਾ ਛੱਡ ਕੇ ਆਈ ਸੀ। ਮੈਂ ਤਾਂ ਉਸਨੂੰ ਨੈਣ ਨਕਸ਼ 'ਤੇ ਹੱਥਾਂ ਪੈਰਾਂ ਤੋਂ ਪਛਾਣ ਲਿਆ ਸੀ ਕਿ ਉਹ ਇੰਨਾ ਸੋਹਣਾ ਬੁਰਾ ਕੰਮ ਕਰਨ ਵਾਲਾ ਮੇਰਾ ਪੁੱਤਰ ਹੀ ਸੀ। ਪਰ ਉਹਨੂੰ ਦੱਸਦੀ ਕਿਵੇਂ ਕਿ ਤੇਰੀ ਮਾਂ ਵੇਸਵਾ ਕਿੰਨੇ ਬਣਾਈਏ। ਇਹ ਦੁੱਖ ਤਾਂ ਮੈਂ ਅੰਦਰ ਜਰ ਲਿਆ, ਪਰ ਦੂਜਾ ਪੁੱਤ ਦਾ ਪਾਪ ਨਾ ਜਰਿਆ ਗਿਆ, ਨਾ ਸੂਰ ਬਣ ਕੇ ਕੋ ਕੋ ਮੈਨੂੰ ਮਾਰ ਲੱਗਾ। ਧਰਤੀ 'ਤੇ ਪਾਪ ਨੇ ਹੀ ਮਹਾਂਪਾਪ ਦਾ ਸਿਖਰ ਸੀ। ਇੱਕ ਦਿਨ ਫੈਸਲਾ ਕੀਤਾ ਕਿ ਆਪਣੇ ਆਪ ਨੂੰ ਹੱਥੀ ਚਿਖਾ ਵਿੱਚ ਚਿਣ ਕੇ ਲਾਂਭੂ ਲੈਣ ਦੇ ਨਾਲ ਹੀ ਮਨ ਸ਼ਾਂਤ ਹੋ ਸਕਦਾ ਹੈ। ਲਓ ਜੀ ਕੋਠੇ ਤੋਂ ਭੱਜ ਕੇ ਇੱਕ ਸਮੁੰਦਰ ਕਿਨਾਰੇ ਚਲੀ ਗਈ। ਲੱਕੜਾਂ ਇਕੱਠੀਆਂ ਕੀਤੀਆਂ, ਉਹਨਾਂ ਵਿੱਚ ਆਪਣੇ ਆਪ ਨੂੰ ਚਿਣ ਲਿਆ। ਉੱਪਰ ਆਲੇ ਅੱਗੇ ਫਰਿਆਦ ਕੀਤੀ, ਹੱਥ ਜੋੜੇ ਕਿ ਜੇ ਤੂੰ ਸੱਚਮੁੱਚ ਹੈ ਤਾਂ ਇਸ ਜਾਮੇ ਵਿੱਚ ਕਦੀ ਮੁੜ ਕੇ ਨਾ ਭੇਜੀ। ਚਿਖਾ ਤਿਆਰ ਕਰਕੇ ਜਦੋਂ ਚਿਖਾ ਵਿੱਚ ਬੈਠੀ ਤਾਂ ਉਸ ਤੋਂ ਅਗਲੀ ਕਹਾਣੀ ਉਹਨੇ ਕੁਝ ਇਉਂ ਸੁਣਾਉਣੀ ਸ਼ੁਰੂ ਕੀਤੀ ਕਿ ਹਾਲੇ ਮੈਂ ਤੀਲੀ ਲਾਉਣ ਹੀ ਲੱਗੀ ਸਾਂ ਕਿ ਐਡੀ ਜ਼ੋਰ ਦੀ ਤੂਫਾਨ ਆਇਆ ਕਿ ਸਣੇ ਲੱਕੜਾਂ ਦੇ ਮੈਂ ਸਮੁੰਦਰ ਵਿੱਚ ਜਾ ਡਿੱਗੀ। ਲੱਗਿਆ ਕਿ ਚਲੋ ਕੋਈ ਨਹੀਂ, ਹੁਣ ਇੱਥੇ ਸਮੁੰਦਰ ਵਿੱਚ ਛੁਟਕਾਰਾ ਮਿਲ ਜਾਵੇਗਾ। ਜਿਹਦੇ ਅੱਗੇ ਮੈਂ ਤਰਲੇ ਕਰਦੀ ਸੀ ਉਹ ਮੌਤ ਫਿਰ ਕੰਨੀ ਖਿਸਕਾ ਗਈ। ਘਾਟ 'ਤੇ ਕੱਪੜੇ ਧੋਂਦੇ ਧੋਬੀਆਂ ਨੇ ਮੈਨੂੰ ਸੱਸੀ ਵਾਂਗ ਰੁੜੇ ਆਉਂਦਿਆਂ ਵੇਖਿਆ। ਉਹਨਾਂ ਨੇ ਛਾਲਾਂ ਮਾਰੀਆਂ ਅਤੇ ਮੈਨੂੰ ਅਦਮੋਈ ਨੂੰ ਬਾਹਰ ਕੱਢ ਲਿਆ। ਘੜੇ 'ਤੇ ਪੁੱਠਾ ਪਾ ਕੇ ਪੇਟ ਵਿਚਲਾ ਪਾਣੀ ਨਿਕਲਿਆ ਤਾਂ ਮੈਨੂੰ ਸੁਰਤ ਆ ਗਈ। ਧੋਬੀ ਆਪਸ ਵਿੱਚ ਪਹਿਲਾਂ ਹੀ ਫੈਸਲਾ ਕਰ ਚੁੱਕੇ ਸੀ, ਉਹਨਾਂ ਦਾ ਵਾਰਤਾਲਾਪ ਸੀ। ਕੋਈ ਆਖੇ ਬੜੀ ਸੋਹਣੀ ਹੈ, ਗੁਜਰੀ ਲੱਗਦੀ ਹੈ। ਦੂਜਾ ਆਖ ਰਿਹਾ ਸੀ ਇੰਦਰ ਦਰਬਾਰ ਵਿੱਚੋਂ ਭੱਜੀ ਲੱਗਦੀ ਹੈ। ਤੀਜੇ ਨੇ ਕਿਹਾ ਪਤਾ ਨਹੀਂ ਵਿਚਾਰੀ ਨੇ ਕਿਹੜੇ ਦੁੱਖਾਂ ਕਰਕੇ ਸਮੁੰਦਰ ਵਿੱਚ ਛਾਲ ਮਾਰ ਦਿੱਤੀ। ਅਤੇ ਆਖਰੀ ਦੀ ਤਜਵੀਜ਼ ਕਿਆ ਕਮਾਲ ਦੀ ਸੀ, ਉਹ ਕਹਿਣ ਲੱਗਾ ਉਹ ਫਲਾਣੇ ਗੁੱਜਰ ਦੀ ਤੀਵੀਂ ਮਰ ਗਈ ਹੈ, ਵਿਚਾਰਾ ਇਕੱਲਾ ਹੈ, ਉਹਨੂੰ ਦੇ ਦਿੰਦੇ ਹਾਂ, ਸਾਲ ਭਰ ਦੁੱਧ ਹੀ ਮੁਫਤ ਲਵਾਂਗੇ। ਅਤੇ ਮੈਂ
ਇਹ ਤਾਂ ਉਹਨਾਂ ਨੂੰ ਨਹੀਂ ਦੱਸਣਾ ਸੀ ਕਿ ਮੈਂ ਕੌਣ ਸੀ, ਪਰ ਫਿਰ ਮੈਂ ਉਸ ਦਿਨ ਤੋਂ ਗੁੱਜਰੀ ਜ਼ਰੂਰ ਬਣ ਗਈ ਅਤੇ ਪਿਛਲੇ ਸਾਲ ਗੁੱਜਰ ਵੀ ਚਾਲੇ ਪਾ ਗਿਆ ਅਤੇ ਕੰਨ ਲਾ ਕੇ ਦਰਦ ਦਾ ਮਹਾਭਾਰਤ ਸੁਣਨ ਵਾਲੇ ਰਾਜੇ ਹੱਥੋਂ ਘੋੜੇ ਦੀ ਲਗਾਮ ਖਿੱਚ ਕੇ ਗੁੱਜਰੀ ਬੋਲੀ, ਤੂੰ ਦੱਸ ਹੁਣ ਰਾਜਿਆ ਕਿ ਮਟਕਾ ਅਤੇ ਦੁੱਧ ਡੁੱਲ ਗਿਆ ਤਾਂ ਕੀ ਹੋਇਆ, ਮੇਰਾ ਪਹਿਲਾਂ ਵੀ ਕੀ ਬਚਿਆ ਸੀ, ਅਤੇ ਤੈਨੂੰ ਲੱਗਦਾ ਨਹੀਂ ਕਿ ਤੂੰ ਆਮ ਬੰਦਾ ਹੈ, ਖਾਸ ਤਾਂ ਮੈਂ ਹਾਂ। ਦੋਸਤੋ, ਇਹ ਇੱਕ ਤਰ੍ਹਾਂ ਨਾਲ ਔਰਤ ਦੇ ਦੁਖਾਂਤ ਦਾ ਹੀ ਮਹਾਭਾਰਤ ਹੈ ਅਤੇ ਇਸੇ ਪ੍ਰਸੰਗ ਵਿੱਚ ਇੱਕ ਹੋਰ ਅਜੋਕੇ ਯੁੱਗ ਦੀ ਵਾਰਤਾ ਸਾਂਝੀ ਕਰਦੇ ਹਾਂ। ਇੱਕ ਬਜ਼ੁਰਗ ਜੋੜਾ ਪਿਛਲੇ 60 ਸਾਲਾਂ ਤੋਂ ਵਧੀਆ ਜ਼ਿੰਦਗੀ ਜੀ ਰਿਹਾ ਸੀ, ਬੱਚੇ ਚੰਗੇ ਪੜ੍ਹ ਲਿਖ ਕੇ ਆਪਣੇ ਆਪਣੇ ਕਮੀ ਸੈੱਟ ਸੀ, ਕੋਈ ਫਿਕਰ ਫਾਕਾ ਨਹੀਂ ਸੀ। ਇੱਕ ਲੱਕੜ ਦੇ ਬਕਸੇ ਨੂੰ ਛੱਡ ਕੇ ਬੁੱਢੇ ਅਤੇ ਬੁਰੜੀ ਵਿੱਚ ਕੋਈ ਪਰਦਾ ਜਾਂ ਲਕੂ ਛਪੋ ਨਹੀਂ ਸੀ। ਬੁਰੜੀ ਦੇ ਇਸ ਬਕਸੇ ਨੂੰ ਕੋਈ ਹੱਥ ਵੀ ਨਹੀਂ ਸੀ ਲਾ ਸਕਦਾ, ਬੁੱਢਾ ਵੀ ਨਹੀਂ। ਅਤੇ ਬਜ਼ੁਰਗ ਸੋਚਦਾ ਸੀ ਵੀ ਚਲੋ ਆਪਾਂ ਕੀ ਲੈਣਾ, ਰੱਖੀ ਰੱਖੇ। ਹੋਇਆ ਕੀ ਕਿ ਇੱਕ ਦਿਨ ਬੇਬੇ ਅਚਾਨਕ ਬਿਮਾਰ ਹੋ ਗਈ। ਡਾਕਟਰ ਆਇਆ, ਚੈੱਕ ਕੀਤਾ। ਡਾਕਟਰ ਉਸ ਬਜ਼ੁਰਗ ਨੂੰ ਪਾਸੇ ਜੇ ਕਰਕੇ ਕਹਿੰਦਾ, ਬਾਬਾ ਜੀ, ਕਮਜ਼ੋਰੀ ਬੇਬੇ ਦੀ ਕੁਝ ਜ਼ਿਆਦਾ ਹੀ ਵੱਧ ਗਈ ਹੈ, ਬੇਬੇ ਸ਼ਾਇਦ ਹੀ ਠੀਕ ਹੋਵੇ, ਅਤੇ ਡਾਕਟਰਾਂ ਕੋਲੋਂ ਲਿਜਾਣ ਦੇ ਨਾਲ ਉਹ ਘਰ ਹੀ ਸੇਵਾ ਪਾਣੀ ਕਰ ਲਓ, ਸ਼ਾਇਦ ਰੱਬ ਕੋਈ ਮਿਹਰ ਕਰ ਦੇਵੇ। ਪਰ ਬੇਬੇ ਅਸਲ ਵਿੱਚ ਵਿੱਚੋਂ ਗੱਲ ਸਮਝ ਗਈ ਅਤੇ ਡਾਕਟਰ ਦੇ ਜਾਣ ਪਿੱਛੋਂ ਉਸਨੇ ਬੁੱਢੜੇ ਨੂੰ ਆਪਣੇ ਪਤੀ ਨੂੰ ਕੋਲ ਬੁਲਾ ਕੇ ਕਿਹਾ ਕਿ ਜਾ ਉਹ ਬਕਸਾ ਚੁੱਕ ਕੇ ਲੈ ਕੇ ਆ। ਬਜ਼ੁਰਗ ਨੇ ਬਕਸਾ ਲਿਆ ਕੇ ਰੱਖ ਦਿੱਤਾ। ਉਸਨੂੰ ਪਿਛਲੇ 60 ਸਾਲਾਂ ਦੀ ਉਤਸੁਕਤਾ ਵੀ ਸੀ ਕਿ ਪਤਾ ਨਹੀਂ ਇਸ ਸਾਂਭ ਸਾਂਭ ਕੇ ਰੱਖੇ ਬਕਸੇ ਵਿੱਚ ਭਲਾ ਕੀ ਹੋਊ। ਬੇਬੇ ਨੇ ਕੰਬਦੇ ਜਿਹੇ ਹੱਥਾਂ ਨਾਲ ਬਕਸਾ ਖੋਲ੍ਹਿਆ। ਬਜ਼ੁਰਗ ਕੀ ਵੇਖਦਾ ਕਿ ਬਕਸੇ ਵਿੱਚ ਕਰਸੋਈਏ ਨਾਲ ਬੁਣੀਆਂ ਹੋਈਆਂ ਦੋ ਗੁੱਡੀਆਂ ਸੀ ਅਤੇ ਨਾਲ ਹੀ 60-65 ਹਜ਼ਾਰ ਰੁਪਈਆ ਸੀ। ਉਹ ਹੈਰਾਨੀ ਜੀ ਨੇ ਪੁੱਛਦਾ, ਆਹ ਕੀ ਮਾਜਰਾ ਹੈ, ਮੈਨੂੰ ਕੁਝ ਸਮਝਾ। ਬੇਬੇ ਨੇ ਕਿਹਾ, ਇਹ ਆਪਣੀ ਸੁਖੀ ਜ਼ਿੰਦਗੀ ਦਾ ਫਾਰਮੂਲਾ ਹੈ। ਅੱਜ ਤੋਂ 60 ਸਾਲ ਪਹਿਲਾਂ ਜਦੋਂ ਆਪਣਾ ਵਿਆਹ ਹੋਇਆ ਸੀ ਤਾਂ ਡੋਲੀ ਤੁਰਨ ਵੇਲੇ ਮੇਰੀ ਦਾਦੀ ਨੇ ਮੈਨੂੰ ਇਹ ਗੁਰ ਦਿੱਤਾ ਸੀ ਕਿ ਜਦੋਂ ਵੀ ਤੁਸੀਂ ਮੇਰੇ 'ਤੇ ਕਿਸੇ ਕੋਲੋਂ ਗੁੱਸੇ ਹੋਵੋ ਜਾਂ ਮੈਨੂੰ ਗਲਤ ਫਲਤ ਬੋਲੋ ਤਾਂ ਤੁਹਾਨੂੰ ਅੱਗੋਂ ਬੋਲਣ ਦੀ ਬਜਾਏ ਮੈਂ ਆਪਣਾ ਇਹ ਗੁੱਸਾ ਚੁੱਪ ਚਾਪ ਇੱਕ ਗੁੱਡੀ ਬੁਣਨ 'ਤੇ ਕੱਢ ਦੇਵਾਂ। ਬੇਬੇ ਦੀ ਗੱਲ ਸੁਣ ਕੇ ਸੁਚਾਰੇ ਬਜ਼ੁਰਗ ਦੀਆਂ ਅੱਖਾਂ ਛਲਕ ਪਈਆਂ। ਉਹ ਬੇਬੇ ਵੱਲੋਂ ਬੁਣੀਆਂ ਹੋਈਆਂ ਦੋ ਗੁੱਡੀਆਂ ਨੂੰ ਹੱਥਾਂ ਵਿੱਚ ਫੜ ਕੇ ਮਾਂਜੇ ਨਾਲ ਬੋਲਿਆ, ਇਹਦਾ ਮਤਲਬ ਇਹ ਹੈ ਕਿ ਇਹਨਾਂ 60 ਸਾਲਾਂ 'ਚ ਮੈਂ ਤੇਰੇ ਨਾਲ ਸਿਰਫ 2 ਵਾਰ ਹੀ ਲੜਿਆ। ਬੇਬੇ ਮੁਸਕਰਾਈ ਅਤੇ ਬੋਲੀ, ਨਹੀਂ, ਆ 60-65 ਹਜ਼ਾਰ ਰੁਪਈਆ ਮੈਂ ਗੁੱਡੀਆਂ ਵੇਚ ਕੇ ਇਕੱਠਾ ਕੀਤਾ ਹੈ। ਬਾਬਾ ਚੁੱਪ ਸੀ। ਵਾਰਤਾ ਸੁਣ ਕੇ ਤੁਸੀਂ ਵੀ ਚੁੱਪ ਹੋ ਗਏ ਹੋਵੋਗੇ, ਔਰਤ ਦੀ ਸਬਰ ਸਬੂਰੀ ਦੀ ਦਾਤ ਦਿਓਗੇ। ਉਮੀਦ ਹੈ ਕਿ ਤੁਹਾਨੂੰ ਇਹ ਕਥਾਵਾਂ ਪਸੰਦ ਆਈਆਂ ਹੋਣਗੀਆਂ ਅਤੇ ਕਦੀ ਕਦੀ ਫੋਨ ਕਰਕੇ ਹੁੰਗਾਰਾ ਵੀ ਭਰਦੇ ਰਿਹਾ ਕਰੋ। ਖੁਸ਼ ਰਹੋ, ਆਬਾਦ ਰਹੋ, ਮੈਨੂੰ ਦਿਓ ਆਗਿਆ ਅਤੇ ਵੇਖਦੇ ਰਹੋ ਪ੍ਰਾਈਮ ਮਿਨਿਸਟਰ TV, ਤੁਹਾਡਾ ਆਪਣਾ ਤੁਹਾਡੇ ਲਈ।